1 ਮਈ ਨੂੰ ਜਿਹੜਾ ਕੌਮਾਂਤਰੀ ਕਿਰਤੀਆਂ ਦਾ ਦਿਹਾੜਾ, ਕੌਮਾਂਤਰੀ ਮਜ਼ਦੂਰ ਦਿਹਾੜਾ, ਕਿਉਂਕਿ ਜਿਹੜਾ ਇਹ ਅੰਦੋਲਨ ਹੈ ਇਹਦੇ ਵਿੱਚ ਜਿਹੜੀਆਂ ਸਾਡੀਆਂ 10 ਮੇਨ ਜਿਹੜੇ ਮੁੱਦੇ ਨਾਲ ਸੰਬੰਧਿਤ ਮੰਗਾਂ ਨੇ ਉਹਨਾਂ ਦੇ ਵਿੱਚ ਇਕੱਲੀਆਂ ਕਿਸਾਨਾਂ ਦੀਆਂ ਨੇ, ਉਹਦੇ ਵਿੱਚ 3 ਮੰਗਾਂ ਕਿਰਤੀਆਂ ਦੀਆਂ, ਮਜ਼ਦੂਰਾਂ ਦੀਆਂ ਵੀ ਮੰਗਾਂ ਨੇ, ਜਿਹੜੀ ਕਿ ਹੈਗੀ ਆ ਮਨਰੇਗਾ ਦੀ 200 ਦਿਨ ਦੀ ਗਰੰਟੀ ਹੋਵੇ, 700 ਰੁਪਇਆ ਦਿਹਾੜੀ ਦੀ ਗਰੰਟੀ ਹੋਵੇ, ਉਹਨਾਂ ਦਾ ਜਿਹੜਾ ਕਰਜ਼ਾ ਹੈਗਾ ਮਜ਼ਦੂਰਾਂ ਦਾ ਕਰਜ਼ਾ ਵੀ ਕਿਸਾਨਾਂ ਦੇ ਨਾਲ ਨਾਲ ਸਾਰਾ ਖਤਮ ਹੋਵੇ, ਅਤੇ ਉਹਨਾਂ ਨੂੰ ਪੈਨਸ਼ਨ ਹੋਵੇ 60 ਸਾਲ ਤੋਂ ਉੱਪਰ ਵਾਲੀ, ਇਹ ਮੰਗਾਂ ਅਸੀਂ ਪਹਿਲਾਂ ਵੀ ਸ਼ਾਮਿਲ ਕੀਤੀਆਂ। ਅਸੀਂ ਸਾਡੀਆਂ ਜਿਹੜੀਆਂ ਸਾਰੀਆਂ ਮੰਗਾਂ ਨੇ, ਅਸੀਂ ਸਮਝਦੇ ਹਾਂ ਵੀ 95% ਤੋਂ ਵੱਧ ਲੋਕਾਂ ਨਾਲ ਵਸੋਂ ਆ ਜਿਹੜੀ ਭਾਰਤ ਦੀ, ਉਹਦੇ ਨਾਲ ਸੰਬੰਧਿਤ ਮੰਗਾਂ ਨੇ, ਮਜ਼ਦੂਰਾਂ ਦੀਆਂ ਵੀ ਆ, ਕਿਸਾਨਾਂ ਦੀਆਂ ਵੀ ਅਤੇ ਮੱਧ ਵਰਗ ਦੀਆਂ ਵੀ ਆ। ਜਿਹੜਾ ਬਿਜਲੀ ਐਕਟ 223 ਖਤਮ ਹੋਵੇ, ਇਹ ਸਾਰਾ ਜਿਹੜਾ ਮੱਧ ਵਰਗ ਹੈ ਉਹਦੀ ਜ਼ਿੰਦਗੀ ਨਾਲ ਜੁੜੀ ਹੋਈ ਮੰਗ ਹੈ। ਸੋ ਉਹਦੇ 'ਤੇ ਅਸੀਂ ਇਸ 'ਤੇ 1 ਮਈ 'ਤੇ ਜਿਹੜਾ ਉਹਨੂੰ ਅਸੀਂ ਦੋਨੇ ਬਾਰਡਰਾਂ 'ਤੇ, ਜਿਵੇਂ ਪਹਿਲਾਂ ਅਸੀਂ 23 ਮਾਰਚ ਵਾਲਾ ਔਰਤ ਦਿਹਾੜਾ ਜਿਹੜਾ ਮਨਾਏ, ਇਸੇ ਤਰੀਕੇ ਨਾਲ 1 ਮਾਰਚ ਆਪਣਾ 1 ਮਈ ਵਾਲਾ ਜਿਹੜਾ ਦੋਨੇ ਬਾਰਡਰਾਂ 'ਤੇ ਧੂਮਧਾਮ ਨਾਲ ਮਨਾਇਆ ਜਾਊ ਇਕੱਠ ਕਰਕੇ। ਅਤੇ ਉਸ ਤੋਂ ਅੱਗੇ ਜਿਹੜਾ ਹੈਗਾ ਸਾਡਾ, ਜਿੱਦਾਂ 100 ਦਿਨ ਪੂਰੇ ਹੋ ਗਏ ਅੰਦੋਲਨ ਨੂੰ, 70 ਦਿਨ ਹੋ ਗਏ, ਅੱਜ ਤੋਂ 30 ਦਿਨਾਂ ਨੂੰ ਲੈ ਲਓ ਜਾਂ ਕਹਿ ਲਓ ਵੀ 22 ਜਿਹੜੀ ਮਈ ਆਊਗੀ, 22 ਮਈ ਜਿਹੜਾ 100ਵਾਂ ਦਿਨ ਹੋਊਗਾ ਸਾਡੇ ਅੰਦੋਲਨ ਦਾ, 22 ਮਈ ਨੂੰ ਅਸੀਂ ਜਿਹੜੇ ਇਹ ਕਹਿ ਰਹੇ ਨੇ ਵੀ ਇਹ ਅੰਦੋਲਨ ਨੂੰ ਹੁੰਗਾਰਾ ਨਹੀਂ ਮਿਲ ਰਿਹਾ, ਗਿਣਤੀ ਘਟਣੀ ਸ਼ੁਰੂ ਹੋ ਗਈ, ਟਰਾਲੀਆਂ ਵਾਪਸ ਜਾਣੀਆਂ ਸ਼ੁਰੂ ਹੋ ਗਈਆਂ, ਅਸੀਂ ਇੱਥੇ ਲੱਖਾਂ ਦਾ ਇਕੱਠ ਕਰਕੇ 22 ਮਈ ਨੂੰ ਦੋਹੇ ਬਾਰਡਰਾਂ 'ਤੇ ਦਿਖਾਵਾਂਗੇ ਵੀ ਉਹ ਜਿਹੜਾ ਇਹ ਅੰਦੋਲਨ ਹੈ ਜਿਹੜਾ ਸਾਡਾ 22 ਆਪਣਾ ਦਿੱਲੀ ਚੱਲੋ ਵਾਲਾ ਅੰਦੋਲਨ ਹੈ ਉਹ ਜਿਉਂਦਾ ਤਿਉਂ ਜਾਰੀ ਆ, ਲੋਕਾਂ ਦਾ ਉਤਸ਼ਾਹ ਵੀ ਜਾਰੀ ਹੈ, ਅਤੇ ਅਸੀਂ ਜਦੋਂ ਵੀ ਇਹ ਰੁੱਕਾਂ ਖਤਮ ਹੋ ਗਈਆਂ ਅਸੀਂ ਉਹ ਲੱਖਾਂ ਹਜ਼ਾਰਾਂ ਕਿਸਾਨਾਂ ਦੇ ਸਮੇਤ ਅਸੀਂ ਦਿੱਲੀ ਵੱਲ ਜਾਵਾਂਗੇ, ਇਹ ਅਸੀਂ 22 ਮਈ ਨੂੰ ਦਿਖਾਉਣਾ। ਦੂਜਾ ਜਿਹੜਾ ਸਾਡਾ ਐਕਸ਼ਨ ਪ੍ਰੋਗਰਾਮ ਇਹ ਹੈ, 1 ਮਈ ਨੂੰ ਜਿਹੜਾ ਕੌਮਾਂਤਰੀ ਕਿਰਤੀਆਂ ਦਾ ਦਿਹਾੜਾ, ਕੌਮਾਂਤਰੀ ਮਜ਼ਦੂਰ ਦਿਹਾੜਾ, ਕਿਉਂਕਿ ਜਿਹੜਾ ਇਹ ਅੰਦੋਲਨ ਹੈ ਇਹਦੇ ਵਿੱਚ ਜਿਹੜੀਆਂ ਸਾਡੀਆਂ 10 ਮੇਨ ਜਿਹੜੇ ਮੁੱਦੇ ਨਾਲ ਸੰਬੰਧਿਤ ਮੰਗਾਂ ਨੇ ਉਹਨਾਂ ਦੇ ਵਿੱਚ ਇਕੱਲੀਆਂ ਕਿਸਾਨਾਂ ਦੀਆਂ ਨੇ, ਉਹਦੇ ਵਿੱਚ 3 ਮੰਗਾਂ ਕਿਰਤੀਆਂ ਦੀਆਂ, ਮਜ਼ਦੂਰਾਂ ਦੀਆਂ ਵੀ ਮੰਗਾਂ ਨੇ, ਜਿਹੜੀ ਕਿ ਹੈਗੀ ਆ ਮਨਰੇਗਾ ਦੀ 200 ਦਿਨ ਦੀ ਗਰੰਟੀ ਹੋਵੇ, 700 ਰੁਪਇਆ ਦਿਹਾੜੀ ਦੀ ਗਰੰਟੀ ਹੋਵੇ, ਉਹਨਾਂ ਦਾ ਜਿਹੜਾ ਕਰਜ਼ਾ ਹੈਗਾ ਮਜ਼ਦੂਰਾਂ ਦਾ ਕਰਜ਼ਾ ਵੀ ਕਿਸਾਨਾਂ ਦੇ ਨਾਲ ਨਾਲ ਸਾਰਾ ਖਤਮ ਹੋਵੇ, ਅਤੇ ਉਹਨਾਂ ਨੂੰ ਪੈਨਸ਼ਨ ਹੋਵੇ 60 ਸਾਲ ਤੋਂ ਉੱਪਰ ਵਾਲੀ, ਇਹ ਮੰਗਾਂ ਅਸੀਂ ਪਹਿਲਾਂ ਵੀ ਸ਼ਾਮਿਲ ਕੀਤੀਆਂ। ਅਸੀਂ ਸਾਡੀਆਂ ਜਿਹੜੀਆਂ ਸਾਰੀਆਂ ਮੰਗਾਂ ਨੇ, ਅਸੀਂ ਸਮਝਦੇ ਹਾਂ ਵੀ 95% ਤੋਂ ਵੱਧ ਲੋਕਾਂ ਨਾਲ ਵਸੋਂ ਆ ਜਿਹੜੀ ਭਾਰਤ ਦੀ, ਉਹਦੇ ਨਾਲ ਸੰਬੰਧਿਤ ਮੰਗਾਂ ਨੇ, ਮਜ਼ਦੂਰਾਂ ਦੀਆਂ ਵੀ ਆ, ਕਿਸਾਨਾਂ ਦੀਆਂ ਵੀ ਅਤੇ ਮੱਧ ਵਰਗ ਦੀਆਂ ਵੀ ਆ। ਜਿਹੜਾ ਬਿਜਲੀ ਐਕਟ 223 ਖਤਮ ਹੋਵੇ, ਇਹ ਸਾਰਾ ਜਿਹੜਾ ਮੱਧ ਵਰਗ ਹੈ ਉਹਦੀ ਜ਼ਿੰਦਗੀ ਨਾਲ ਜੁੜੀ ਹੋਈ ਮੰਗ ਹੈ। ਸੋ ਉਹਦੇ 'ਤੇ ਅਸੀਂ ਇਸ 'ਤੇ 1 ਮਈ 'ਤੇ ਜਿਹੜਾ ਉਹਨੂੰ ਅਸੀਂ ਦੋਨੇ ਬਾਰਡਰਾਂ 'ਤੇ, ਜਿਵੇਂ ਪਹਿਲਾਂ ਅਸੀਂ 23 ਮਾਰਚ ਵਾਲਾ ਔਰਤ ਦਿਹਾੜਾ ਜਿਹੜਾ ਮਨਾਏ, ਇਸੇ ਤਰੀਕੇ ਨਾਲ 1 ਮਾਰਚ ਆਪਣਾ 1 ਮਈ ਵਾਲਾ ਜਿਹੜਾ ਦੋਨੇ ਬਾਰਡਰਾਂ 'ਤੇ ਧੂਮਧਾਮ ਨਾਲ ਮਨਾਇਆ ਜਾਊ ਇਕੱਠ ਕਰਕੇ। ਅਤੇ ਉਸ ਤੋਂ ਅੱਗੇ ਜਿਹੜਾ ਹੈਗਾ ਸਾਡਾ, ਜਿੱਦਾਂ 100 ਦਿਨ ਪੂਰੇ ਹੋ ਗਏ ਅੰਦੋਲਨ ਨੂੰ, 70 ਦਿਨ ਹੋ ਗਏ, ਅੱਜ ਤੋਂ 30 ਦਿਨਾਂ ਨੂੰ ਲੈ ਲਓ ਜਾਂ ਕਹਿ ਲਓ ਵੀ 22 ਜਿਹੜੀ ਮਈ ਆਊਗੀ, 22 ਮਈ ਜਿਹੜਾ 100ਵਾਂ ਦਿਨ ਹੋਊਗਾ ਸਾਡੇ ਅੰਦੋਲਨ ਦਾ, 22 ਮਈ ਨੂੰ ਅਸੀਂ ਜਿਹੜੇ ਇਹ ਕਹਿ ਰਹੇ ਨੇ ਵੀ ਇਹ ਅੰਦੋਲਨ ਨੂੰ ਹੁੰਗਾਰਾ ਨਹੀਂ ਮਿਲ ਰਿਹਾ, ਗਿਣਤੀ ਘਟਣੀ ਸ਼ੁਰੂ ਹੋ ਗਈ, ਟਰਾਲੀਆਂ ਵਾਪਸ ਜਾਣੀਆਂ ਸ਼ੁਰੂ ਹੋ ਗਈਆਂ, ਅਸੀਂ ਇੱਥੇ ਲੱਖਾਂ ਦਾ ਇਕੱਠ ਕਰਕੇ 22 ਮਈ ਨੂੰ ਦੋਹੇ ਬਾਰਡਰਾਂ 'ਤੇ ਦਿਖਾਵਾਂਗੇ ਵੀ ਉਹ ਜਿਹੜਾ ਇਹ ਅੰਦੋਲਨ ਹੈ ਜਿਹੜਾ ਸਾਡਾ 22 ਆਪਣਾ ਦਿੱਲੀ ਚੱਲੋ ਵਾਲਾ ਅੰਦੋਲਨ ਹੈ ਉਹ ਜਿਉਂਦਾ ਤਿਉਂ ਜਾਰੀ ਆ, ਲੋਕਾਂ ਦਾ ਉਤਸ਼ਾਹ ਵੀ ਜਾਰੀ ਹੈ, ਅਤੇ ਅਸੀਂ ਜਦੋਂ ਵੀ ਇਹ ਰੁੱਕਾਂ ਖਤਮ ਹੋ ਗਈਆਂ ਅਸੀਂ ਉਹ ਲੱਖਾਂ ਹਜ਼ਾਰਾਂ ਕਿਸਾਨਾਂ ਦੇ ਸਮੇਤ ਅਸੀਂ ਦਿੱਲੀ ਵੱਲ ਜਾਵਾਂਗੇ, ਇਹ ਅਸੀਂ 22 ਮਈ ਨੂੰ ਦਿਖਾਉਣਾ। ਦੂਜਾ ਜਿਹੜਾ ਸਾਡਾ ਐਕਸ਼ਨ ਪ੍ਰੋਗਰਾਮ ਇਹ ਹੈ,